फिर बहुत पंजाब नूं संताप भुगना पिया। मैं यही कहना चाहना कि बड़ी संजीदगी दे नाल सरकार नूं लॉ एंड ऑर्डर ते इन्हां तमाम घटनावां ते बैठ के गल करन दी लोड़ है, रिव्यू मीटिंग सदन दी लोड़ है और बहुत तवज्जो ते ध्यान देण दी लोड़ है, नहीं तां इहदे जिहड़े खमियाजे है ਉਹ ਪੰਜਾਬ ਨੂੰ ਭੁਗਤਣੇ ਪੈ ਸਕਦੇ। ਕਿ ਡਿਮਾਂਡ ਕਰਦੇ ਕਿ ਆਲ ਪਾਰਟੀ ਮੀਟਿੰਗ ਸੱਦਣੀ ਚਾਹੀਦੀ ਹੈ ਇਸ ਮਸਲੇ ਦੇ ਉੱਪਰ। ਤੁਸੀਂ ਪਹਿਲਾਂ ਗਵਰਨਰ ਨੂੰ ਵੀ ਮਿਲ ਚੁੱਕੇ ਇਸ ਮਸਲੇ ਨੂੰ। ਮੈਂ ਸਮਝਦਾ ਜੀ ਕਿ ਆਲ ਪਾਰਟੀ ਮੀਟਿੰਗਸ ਅਗਰ ਸੁਝਾਵ ਚੰਗੇ ਆ ਜਾਂਦੇ, ਲੋਕਾਂ ਦਾ ਆਪਣੇ ਆਪਣੇ ਤਜਰਬੇ ਨੇ, ਪ੍ਰਤਾਪ ਸਿੰਘ ਬਾਜਵਾ ਜੀ ਨੇ ਵੀ ਕਿਹਾ ਔਰ ਬਿਲਕੁਲ ਆਲ ਪਾਰਟੀ ਮੀਟਿੰਗਸ ਦੇ ਵਿੱਚ ਉਹ ਲੋਕ ਵੀ ਹਨ ਜਿਨ੍ਹਾਂ ਨੇ ਇਹ ਸੰਤਾਪ ਨੂੰ ਆਪਦੇ ਪਿੰਡੇ ਤੋਂ ਹੰਡਾਇਆ ਗਿਆ। ਸੋ ਚੰਗੀ ਗੱਲ ਹੈ ਜੇ ਸੱਦ ਲੈਣ ਤਾਂ ਇਹਦੇ ਨਾਲ ਵਿਚਾਰ ਵਟਾਂਦਰਾ ਅਤੇ ਕੁਝ ਚੰਗੀਆਂ ਚੀਜ਼ਾਂ ਨਿਕਲ ਕੇ ਸਾਹਮਣੇ ਆ ਜਾਂਦੀਆਂ। ਬਿਲਕੁਲ, ਮੈਂ ਸਮਝਦਾ ਕਿ ਬੜਾ ਕ੍ਰਿਟੀਕਲ ਸਿਚੁਏਸ਼ਨ ਹੈ। ਹਾਦਸਾ ਕਿਸੇ ਵੀ ਚੀਜ਼ ਨੂੰ ਹਾਦਸਾ ਹੋਣ ਨੂੰ ਇੱਕ ਮਿੰਟ ਲੱਗਦਾ। ਕੱਲ੍ਹ ਤੱਕ ਸਥਿਤੀ ਬਿਲਕੁਲ ਠੀਕ ਸੀ, ਰਾਤ ਨੂੰ ਇੱਕੋ ਦਮ ਜਦੋਂ ਇਹ ਘਟਨਾ ਦੇ ਬਾਰੇ ਪਤਾ ਲੱਗਿਆ ਅਤੇ ਹੈਰਾਨੀਜਨਕ ਗੱਲ ਸੀ ਪੰਜਾਬ ਅਤੇ ਅਮਨ ਔਰ ਸ਼ਾਂਤੀ ਵਾਲਾ ਸੂਬੇ ਦੇ ਵਿੱਚ ਇਹੋ ਜਿਹੀ ਘਟਨਾ ਹੋਣੀ। ਸੋ ਜਦੋਂ ਇਹੋ ਜਿਹੀ ਘਟਨਾ ਹੋ ਜਾਂਦੀ ਹੈ ਤਾਂ ਫਿਰ ਇਤਿਹਾਸ ਯਾਦ ਆ ਜਾਂਦਾ, ਦੁਹਰਾਉਂਦਾ ਆਪਦੇ ਆਪ ਨੂੰ। ਸੋ ਮੈਂ ਸਮਝਦਾ ਕਿ ਛੋਟੀ ਛੋਟੀ ਚੀਜ਼ ਤੋਂ ਹੀ, ਮੇਰਾ ਖਿਆਲ ਫਿਰ ਛੋਟੀ ਜਿਹੀ ਛਿੰਗਾਰੀ ਤੋਂ ਹੀ ਭਾਂਬੜ ਮੱਚ ਜਾਂਦਾ। ਇਹਨੂੰ ਛੋਟਾ ਨਾ ਸਮਝਿਆ ਜਾਵੇ, ਇਹਨੂੰ ਗੰਭੀਰਤਾ ਦੇ ਨਾਲ ਲਿਆ ਜਾਵੇ, ਇਹਨੂੰ ਬਿਲਕੁਲ ਇਹਦੇ 'ਤੇ ਸੰਜੀਦਗੀ ਦੇ ਨਾਲ ਸਭ ਨਾਲ ਲੋਕਾਂ ਨਾਲ ਸਲਾਹ ਮਸ਼ਵਰਾ ਕਰਕੇ ਫੈਸਲੇ ਲੈਣ ਦੀ ਲੋੜ ਹੈ। ਮੈਂ ਸਮਝਦਾ ਜੀ ਪੰਨੂ ਦੀ ਬਹੁਤੀ ਗੱਲ ਨਾ ਕਰੋ, ਇਹੋ ਜਿਹਾ ਮੈਂ ਸਮਝਦਾ ਜਿਸ ਬੰਦੇ ਦੀ ਕੋਈ ਰੈਲੇਵੈਂਸ ਨਾ ਹੋਵੇ, ਵਾਹੀਆਤ ਜਦੋਂ ਜੋ ਮਰਜ਼ੀ ਦਿਲ ਚਾਹੇ ਉਹ ਬੋਲ ਦਿੰਦਾ ਹੋਵੇ ਕਿਸੇ ਦੇ ਖਿਲਾਫ, ਜਿਹਨੂੰ ਇਸ ਪੰਜਾਬ ਨਾਲ ਪਿਆਰ ਹੀ ਨਹੀਂ ਹੈ, ਜਿਸ ਵਿਅਕਤੀ ਨੂੰ ਉਹਦੀ ਕੀ ਗੱਲ ਕਰਨੀ ਹੈ। ਇਹੋ ਜਿਹੇ ਵਿਅਕਤੀ ਨੂੰ ਬਹੁਤੀ ਰੈਲੇਵੈਂਸ ਦੇਣੀ ਮੀਡੀਆ 'ਚ ਜਾਂ ਲੋਕਾਂ ਵੱਲੋਂ, ਮੈਂ ਸਮਝਦਾ ਕਿ ਮਾੜੀ ਗੱਲ ਹੈ। ਇਸ ਬੰਦੇ ਦਾ ਕੋਈ ਵਜ਼ੂਦ ਨਹੀਂ ਹੈ ਪੰਜਾਬ ਦੇ ਅੰਦਰ। ਬਿਲਕੁਲ ਇਹ ਲੋਕਾਂ ਨੂੰ ਭੜਕਾਉਣ ਦੀ ਗੱਲ ਕਰਦਾ, ਆਪਸ ਦਾ ਭਾਈਚਾਰਾ ਤੋੜਨ ਦੀ ਗੱਲ ਕਰਦਾ, ਇਹ ਪੰਨੂ ਵਰਗੇ ਲੋਕਾਂ 'ਤੇ ਬਿਲਕੁਲ ਤਵੱਜੋ ਦੇਣ ਦੀ ਲੋੜ। ਬੜੀ ਚੰਗੀ ਗੱਲ ਹੈ ਜੀ, ਮੇਰਾ ਖਿਆਲ ਜੇ ਕੇਵਲ ਸ਼ਬਦੀ ਬਿਆਨ ਨਾ ਹੋਵੇ ਤਾਂ ਸ਼ਬਦੀ ਬਿਆਨ ਨਹੀਂ ਹੋਣਾ ਚਾਹੀਦਾ। ਅਕਸਰ ਹੀ ਇਹ ਗੱਲ ਕਹਿ ਜਾਂਦੇ ਆ ਕਿ ਇਸ ਤਰ੍ਹਾਂ ਦਾ ਉਹ ਕਰਾਂਗੇ। ਚੰਗੀ ਗੱਲ ਹੈ, ਮੈਂ ਉਮੀਦ ਕਰਦਾ ਮੁੱਖ ਮੰਤਰੀ ਸਾਹਿਬ ਤੋਂ ਕਿ ਸਖ਼ਤ ਕਦਮ ਚੁੱਕਣੇ ਚਾਹੀਦੇ ਤਾਂ ਜੋ ਇਹੋ ਜਿਹੇ ਲੋਕਾਂ ਨੂੰ ਨਸੀਹਤ ਮਿਲ ਸਕੇ।